ਅਸਲਾਮ ਅਲੈਕੁਮ ਜੀ ਅਸਲਾਮ ਅਲੈਕੁਮ ਕੀ ਹਾਲ ਹੈ ਸਰ ਜੀ ਸ਼ੁਕਰ ਅਲਹਮਦੁਲਿਲਾ ਸਰ ਪੰਜਾਬੀ ਆਉਂਦੀ ਬਸ ਥੋੜ੍ਹੀ ਬੋਲੀ ਬੋਲ ਲੈਂਦੇ ਹਾਂ ਅੱਛਾ ਪੰਜਾਬੀ ਅੱਛੀ ਗੱਲ ਕਰਾਂ ਜੀ ਠੀਕ ਹੈ ਸਰ ਅੱਛਾ ਇੰਡੀਆ ਜਿਹੜਾ ਕੱਲ੍ਹ ਇੰਗਲੈਂਡ ਤੋਂ ਹਾਰ ਗਿਆ ਹੈ ਕੀ ਕਹੋਗੇ ਇਹਦੇ ਬਾਰੇ ਇੰਡੀਆ ਨੂੰ ਇੰਡੀਆ ਜਾਣ ਕੇ ਹਾਰਿਆ ਜੀ ਉਹਨੂੰ ਪਤਾ ਸੀ ਕਿ ਅਸੀਂ ਮਤਲਬ ਜਿੱਤਾਂਗੇ ਅਤੇ ਪਾਕਿਸਤਾਨ ਦੇ ਨੰਬਰ ਜਿਹੜੇ ਨੇ ਵੱਧ ਜਾਂਦੇ ਨੇ ਠੀਕ ਹੈ ਨਾ ਅਤੇ ਉਸ ਵਜ੍ਹਾ ਤੋਂ ਇੰਡੀਆ ਜਿਹੜਾ ਹੈ ਉਹ ਜਾਣ ਕੇ ਹਾਰਿਆ ਲੇਕਿਨ ਉਹਨੂੰ ਇਹ ਨਹੀਂ ਪਤਾ ਨਾ ਕਿ ਅਸੀਂ ਜਿੱਤ ਕੇ ਫਿਰ ਅੱਗੇ ਆ ਜਾਣਾ ਸਾਡੇ ਹਾਲੇ ਵੀ ਸਾਡੇ ਕੋਲ ਚਾਂਸ ਹੈ ਅਸੀਂ ਇਹਨੂੰ ਬਾਂਹ ਪਾ ਦੇਣੀ ਇਹਨੂੰ ਪਤਾ ਨਹੀਂ ਨਾ ਇਸ ਗੱਲ ਦਾ ਅਗਰ ਚਲੋ ਅਸੀਂ ਫਾਈਨਲ ਸਾਡਾ ਬਾਂਹ ਇੰਝ ਕਰਕੇ ਪਾਵਾਂਗੇ ਫਿਰ ਇਹਦੇ ਨਾਲ ਸਾਡਾ ਜਿਹੜਾ ਮੈਚ ਪੈਣਾ ਅਤੇ ਇੰਡੀਆ ਨਾਲ ਸਾਡਾ ਲੱਗ ਰਿਹਾ ਸਾਡਾ ਫਾਈਨਲ ਬਣਿਆ ਤਾਂ ਅਸੀਂ ਵਰਲਡ ਕੱਪ ਲੈ ਕੇ ਆਈਏ ਵਾਕਈ ਸਾਡਾ ਚਾਂਸ ਹੈ ਅਸੀਂ ਬਿਲਕੁਲ ਸਾਡੀ ਟੀਮ ਅਗਰ ਅੱਛੇ ਤਰੀਕੇ ਨਾਲ ਖੇਡ ਲਏ ਮਿਹਨਤ ਕਰੇ ਮਿਸ ਫੀਲਡ ਨਾ ਕਰੇ ਅਤੇ ਅਸੀਂ ਅੱਲਾ ਦੇ ਹੁਕਮ ਇਨਸ਼ਾਅੱਲਾ ਤਾਲਾ ਅਸੀਂ ਇੰਡੀਆ ਨਾਲ ਮੈਚ ਪਾਵਾਂਗੇ ਫਾਈਨਲ ਜਿੱਤਾਂਗੇ ਅਤੇ ਅਸੀਂ ਲੈ ਕੇ ਆਵਾਂਗੇ ਵਰਲਡ ਕੱਪ ਕੀ ਨਾਮ ਹੈ ਧੋਨੀ ਨੂੰ ਆਉਂਦੇ ਨੇ ਕਿ ਉਹ ਬੜਾ ਅੱਛਾ ਪਲੇਅਰ ਹੈ ਲੇਕਿਨ ਉਹ ਫਿਰ ਵੀ ਨਹੀਂ ਸਹੀ ਖੇਡਿਆ ਨਹੀਂ ਸਰ ਧੋਨੀ ਜਾਣ ਬੁੱਝ ਕੇ ਸਹੀ ਨਹੀਂ ਨਾ ਖੇਲਿਆ ਉਹਨੂੰ ਪਤਾ ਸੀ ਕਿ ਅਸੀਂ ਜਿੱਤਾਂਗੇ ਅਤੇ ਪਾਕਿਸਤਾਨ ਨੂੰ ਇਹਦਾ ਬੈਨੀਫਿਟ ਹੋਇਆ ਕਿਤੇ ਇੰਡੀਆ ਭੈਣ ਜਾਂ ਕਦੀ ਵੀ ਨਹੀਂ ਚਾਹੁੰਦਾ ਕਿ ਪਾਕਿਸਤਾਨ ਨੂੰ ਕਿਸੇ ਪਾਸੋਂ ਕਿਸੇ ਜਗ੍ਹਾ ਤੋਂ ਵੀ ਬੈਨੀਫਿਟ ਮਿਲੇ ਭਾਵੇਂ ਉਹ ਮੁਲਕੀ ਲੈਵਲ 'ਤੇ ਹੋਵੇ ਭਾਵੇਂ ਖੇਲਾਂ ਦੀ ਸਾਜ ਹੋਵੇ ਕਿਉਂ ਅਸੀਂ ਹਰ ਜਗ੍ਹਾ ਨਾਲ ਬੁੰਡ ਪਾੜੀ ਹੈ ਤੁਹਾਨੂੰ ਪਤਾ ਹੈ ਕਿ ਅਸੀਂ ਇਹਨਾਂ ਜਹਾਜ਼ ਡਗਾਇਆ ਸੀ ਉਹ ਮੱਗ ਭੈਣ ਦੀ ਪੁੱਜੀ ਜਗ੍ਹਾ ਉਹਦੀ ਬੁੰਦ ਫੱਟੀ ਉਹ ਭੈਣ ਚਾਹ ਪੀਣ ਵਾਲਾ ਜਿਹੜਾ ਮੁੱਛਾਂ ਨਾਲ ਪਾਇਲਟਾਂ ਨਾਲ ਹਟਾਇਆ ਸੀ ਅਸੀਂ ਇੰਡੀਆ ਨੂੰ ਡਰ ਹੈ ਕਿ ਸਾਨੂੰ ਇਹ ਪਾਕਿਸਤਾਨ ਹੀ ਬਾਂਹ ਪਾਏਗਾ ਔਰ ਬਾਂਹ ਕੋਈ ਨਹੀਂ ਪਾਏਗਾ ਇਸ ਅਸੀਂ ਪੂਰਾ ਆਪਣੀ ਬੁੰਦ ਦਾ ਜ਼ੋਰ ਲਾਇਆ ਕਿ ਪਾਕਿਸਤਾਨ ਉੱਤੇ ਨਾ ਆਵੇ ਮਤਲਬ ਅਸੀਂ ਜਿੱਤ ਅਸੀਂ ਅੱਲਾ ਦੇ ਹੁਕਮ ਨਾਲ ਜਿੱਤਾਂਗੇ ਇੰਡੀਆ ਨੂੰ ਬਾਂਹ ਬਾਂਹ ਤੇ ਲੱਤਾਂ ਪਾਵਾਂਗੇ ਠੀਕ ਹੈ ਸਰ ਮਿਹਰਬਾਨੀ ਸ਼ੁਕਰੀਆ ਜੀ ਅੱਲਾ ਵਾਲੇਕੁਮ ਅਸਲਾਮ ਕੀ ਨਾਮ ਹੈ ਚੌਧਰੀ ਅਰਸ਼ਦ ਅੱਛਾ ਮੈਚ ਵੇਖਦੇ ਹੋ ਜੀ ਬਿਲਕੁਲ ਇੰਡੀਆ ਤੇ ਇੰਗਲੈਂਡ ਦਾ ਤੁਸੀਂ ਮੈਚ ਵੇਖਿਆ ਜੀ ਦੇਖਿਆ ਹੈ ਇੰਡੀਆ ਜਾਣ ਬੁੱਝ ਕੇ ਆ ਰਿਹਾ ਹਾਂ ਬਿਲਕੁਲ ਜਾਣ ਬੁੱਝ ਕੇ ਆ ਰਿਹਾ ਇੰਡੀਆ ਕੀ ਪਤਾ ਹੈ ਕਿ ਅੱਗੇ ਫਿਰ ਉਸਦਾ ਮੁਕਾਬਲਾ ਉਸਨੇ ਅੱਬੇ ਨਾਲ ਜਾਣ ਬੁੱਝ ਕੇ ਹਾਰ ਗਿਆ ਨਾ ਹਾਰਦਾ ਤਾਂ ਫਿਰ ਇਹਨਾਂ ਨਾਲ ਲੋਹੀ ਹੋਣਾ ਸੀ ਜਿਹੜਾ ਚੈਂਪੀਅਨ ਵਿੱਚ ਹੋਇਆ ਸੀ ਅਤੇ ਇਸ ਵਜ੍ਹਾ ਤੋਂ ਇੰਡੀਆ ਜਾਣ ਬੁੱਝ ਕੇ ਹਾਰ ਗਏ ਕਿਉਂਕਿ ਇੰਡੀਆ ਕੀ ਪਤਾ ਹੈ ਕਿ ਪਾਕਿਸਤਾਨ ਇੰਡੀਆ ਜਿਹੜਾ ਨਾ ਨਹੀਂ ਇੰਡੀਆ ਵਾਲੇ ਧਿਆਨ ਦੇਣੇ ਅਸੀਂ ਜਾਣ ਬੁੱਝ ਕੇ ਨਹੀਂ ਹਾਰੇ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਕਹਿੰਦੇ ਨਾ ਉਹਨਾਂ ਨੂੰ ਪਤਾ ਨਾ ਪਾਕਿਸਤਾਨ ਪਹਿਲਾ ਮੈਚ ਇੰਡੀਆ ਨੂੰ ਵੈਸੇ ਦੇ ਦੇਣਾ ਨਾ ਫਿਰ ਦੂਸਰੇ ਮੈਚ ਪਾਕਿਸਤਾਨ ਨੇ ਬਦਲਾ ਵੀ ਲੈਣਾ ਹੁੰਦਾ ਇੰਡੀਆ ਕੋਲੋਂ ਤਾਂ ਅਸੀਂ ਇੰਡੀਆ ਜਿਹੜਾ ਨਾ ਜਾਣ ਬੁੱਝ ਕੇ ਹਾਰ ਗਿਆ ਇੰਡੀਆ ਨੇ 11 ਓਵਰ 100 ਸਕੋਰ ਨਹੀਂ ਕੀਤਾ ਧੋਨੀ ਇਸ ਤਰ੍ਹਾਂ ਖੇਡਦਾ ਸੀ ਭਾਅ ਜੀ ਇਸ ਤਰ੍ਹਾਂ ਟੈਸਟ ਮੈਚ ਹੈ ਸਾਹਮਣੇ ਨਜ਼ਰ ਆ ਰਿਹਾ ਸਾਰਿਆਂ ਨੇ ਮੈਚ ਦੇਖਿਆ ਤੁਸੀਂ ਵੀ ਦੇਖਿਆ ਇੰਡੀਆ ਦੀ ਬੋਲਿੰਗ ਬੈਟਿੰਗ ਇਤਨੀ ਮਜ਼ਬੂਤ ਜਾ ਰਹੀ ਹੈ ਠੀਕ ਟੀਮ ਹੈ ਇੰਗਲੈਂਡ ਉਸ ਅੱਗੇ ਕੁਛ ਨਹੀਂ ਪਾਕਿਸਤਾਨ ਨੇ ਇੰਗਲੈਂਡ ਹਰਾ ਦਿੱਤਾ ਆਰਾਮ ਨਾਲ ਅਤੇ ਇੰਡੀਆ ਕੀ ਵੀ ਕੋਈ ਚੀਜ਼ ਨਹੀਂ ਸੀ ਲੇਕਿਨ ਇੰਡੀਆ ਜਾਣ ਬੁੱਝ ਕੇ ਜਿਹੜਾ ਨਾ ਇਹ ਮਸਤੀ ਕੀਤੀ ਹੈ ਹੁਣ ਕੀ ਪੈਗਾਮ ਦੋਗੇ ਇੰਡੀਆ ਇੰਡੀਆ ਨੂੰ ਬਸ ਇੰਡੀਆ ਨੂੰ ਪੈਗਾਮ ਇਹ ਦੇਵਾਂਗੇ ਕਿ ਦੁਆ ਕਰੋ ਪਾਕਿਸਤਾਨ ਅੱਗੇ ਆ ਜਾਏ ਸੈਮੀ ਫਾਈਨਲ 'ਚ ਪਾਕਿਸਤਾਨ ਇੰਡੀਆ ਦਾ ਮੁਕਾਬਲਾ ਹੋਵੇ ਅਤੇ ਫਿਰ ਇੰਡੀਆ ਨੂੰ ਪਤਾ ਚੱਲ ਜਾਏ ਸੀ ਕਿ ਕੌਣ ਬਾਪ ਔਰ ਕੌਣ ਬੇਟਾ ਹੈ ਜਿਹੜਾ ਇੰਡੀਆ ਲਈ ਬੜਾ ਟਰਾਂ ਟਰਾਂ ਕਰਦਾ ਬਾਪ ਬੇਟਾ ਉਹਨਾਂ ਦੇ ਪਿੱਛੇ ਦੱਸ ਦਿੱਤਾ ਬਾਪ ਬੇਟਾ ਕੋ ਉਹਦੇ ਦੱਸ ਦਿੱਤਾ ਨਾ ਲੇਕਿਨ ਹੁਣ ਦੁਬਾਰਾ ਫਿਰ ਪਤਾ ਚੱਲ ਸੀ ਨਾ ਇਹ ਤਾਂ ਮੈਚ ਕ੍ਰਿਕਟ ਮੁਕਾਬਲਾ ਬਾਰ ਬਾਰ ਹੋਣਾ ਫਿਰ ਹੁਣ ਇੰਡੀਆ ਨੂੰ ਪਤਾ ਚੱਲ ਜਾਏ ਸੀ ਕਿ ਸਾਡਾ ਜੋ ਹੈ ਜੀ ਹਾਂਜੀ ਇੰਡੀਆ ਅਤੇ ਇੰਗਲੈਂਡ ਦਾ ਦੇਖਿਆ ਸੀ ਮੈਚ ਅਤੇ ਇੰਡੀਆ ਜਾਣ ਕੇ ਆ ਰਿਹਾ ਇੰਡੀਆ ਜਾਣ ਕੇ ਆ ਰਿਹਾ ਜੀ ਨਜ਼ਰ ਆ ਰਿਹਾ ਸੀ ਕਿਸ ਤਰ੍ਹਾਂ ਨਜ਼ਰ ਆ ਨਜ਼ਰ ਆ ਰਹੇ ਸੀ ਜਿਸ ਨਾਲ ਉਹ ਖੇਡ ਰਿਹਾ ਸੀ ਅਤੇ ਉਹ ਯਕੀਨਨ ਜਾਣ ਕੇ ਆ ਰਿਹਾ ਪਾਕਿਸਤਾਨ ਤੋਂ ਡਰਦਾ ਪਾਕਿਸਤਾਨ ਕੋਲੋਂ ਤਾਂ ਡਰਦਾ ਕਿਸ ਤਰ੍ਹਾਂ ਉਹ ਨੇ ਸਾਬਤ ਕਰਦੇ ਹਾਰ ਕੇ ਐਟਮੀ ਤਾਕਤ ਵੱਲੋਂ ਵੀ ਅਤੇ ਦੂਸਰੀ ਤਾਕਤ ਹਾਂ ਜੀ ਦੋਵੇਂ ਤਾਕਤਾਂ ਨੂੰ ਡਰਦਾ ਔਰ ਇੰਡੀਆ ਨੂੰ ਕੀ ਪੈਗਾਮ ਇੰਡੀਆ ਨੂੰ ਅਸੀਂ ਪੈਗਾਮ ਹੀ ਦੇਣਾ ਕਿ ਪਾਕਿਸਤਾਨ ਕੋਲ ਡਰਦਾ ਰਹੇ ਅਤੇ ਬਿਹਤਰ ਹੈ ਪਾਕਿਸਤਾਨ ਜ਼ਿੰਦਾਬਾਦ ਭਾਈ ਇਨਸ਼ਾ ਅੱਲਾ ਇੰਡੀਆ ਕਭੀ ਦੋ ਮੈਚ ਰਹਿ ਰਹੇ ਹੈ ਇਨਸ਼ਾ ਅੱਲਾ ਦੋ ਮੈਚ ਇੰਡੀਆ ਬਿਲਕੁਲ ਹਾਰ ਜਾਤਾ ਹੈ ਇੰਡੀਆ ਇਨਸ਼ਾ ਅੱਲਾ ਫਾਈਨਲ ਸੇ ਹੀ ਬਾਹਰ ਹੋ ਜਾਏਗਾ ਇਨਸ਼ਾ ਅੱਲਾ ਬੰਗਲਾਦੇਸ਼ ਕੋ ਹਮ ਇਨਸ਼ਾ ਅੱਲਾ ਜੁਮੇ ਵਾਲੇ ਦਿਨ ਹਮ ਬੰਗਲਾਦੇਸ਼ ਕੋ ਅੱਛੀ ਲੀਡ ਸੇ ਮਾਰੇਂਗੇ ਮੈਚ ਔਰ ਆਪਣੇ ਵਰਲਡ ਕੱਪ ਮੈਂ ਹਿੱਸਾ ਲੇਂਗੇ ਇਨਸ਼ਾ ਅੱਲਾ ਇਨਸ਼ਾ ਅੱਲਾ ਇੰਡੀਆ ਯਹੀ ਚਾਹ ਰਿਹਾ ਪਾਕਿਸਤਾਨ ਅੱਗੇ ਨਾ ਆਏ ਇੰਡੀਆ ਜਾਣ ਕੇ ਰਿਹਾ ਖੁਦ ਆ ਰਿਹਾ ਧੋਨੀ ਕਿਤਨਾ ਕਲਾ ਮੁਸਕਰਾ ਰਿਹਾ ਥਾ ਪਿੱਛੇ ਖੜਾ ਹੋ ਕੇ ਉਹ ਕੋਹਲੀ ਕੋ ਦੇਖ ਲਓ ਬਿਲਕੁਲ ਟੁੱਕ ਟੁੱਕ ਲਗਾਈ ਹੋਈ ਥੀ ਟੈਸਟ ਮੈਚ ਖੇਡ ਰਿਹਾ ਔਰ ਇਨਸ਼ਾ ਅੱਲਾ ਪਾਕਿਸਤਾਨ ਮੈਚ ਮੇਰਾ ਲੈ ਕੇ ਆਏਗਾ ਔਰ ਵਰਲਡ ਕੱਪ ਕੀ ਹਮੇ ਉਮੀਦ ਹੈ ਇਨਸ਼ਾ ਅੱਲਾ ਔਰ ਪਾਕਿਸਤਾਨ ਅਤੇ ਜ਼ਿੰਦਾਬਾਦ